ਅੱਲਾ ਉੱਤੇ ਡੋਰੀਆਂ ਵੇ ਮੈਂ ਸੁੱਟੀਆਂ ਵੇ ਮਾਇਆ ਮੈਂ ਕੀ ਲਿਖ ਬੈਠਾ ਕੀ ਲਿਖ ਬੈਠਾ ਤੁਸੀਂ ਆਪਣੀ ਭੈਣ ਦੀ ਤਲਾਕ ਲਿਖ ਬੈਠੇ ਹੋ ਇਹ ਕੌਣ ਚਵਲ ਦੇ ਸੇਮ ਟੂ ਯੂ ਸ਼ਟ ਅਪ ਸੇਵਨ ਅਪ ਮਾਈ ਫੁੱਟ ਮਾਈ ਡੇਅਰ ਫੁੱਟ 10 ਇੰਚ ਉਹ ਮੈਂ ਕੀ ਲਿਖ ਬੈਠਾ ਕੀ ਲਿਖ ਬੈਠਾ ਮੈਂ ਕੀ ਲਿਖ ਬੈਠਾ ਇਹਨੇ ਲਾਇਆ ਤੇਲ ਮੈਂ ਉੱਤੇ ਥੁੱਕ ਬੈਠਾ ਬੇਟਾ ਇਹ ਲੋ ਲੋਕ ਨੇ ਜਿਨ੍ਹਾਂ ਨੇ ਸਾਡੇ ਘਰ 'ਚ ਸ਼ੂਟਿੰਗਾਂ ਕਰਨੀਆਂ ਨੇ ਹਾਂਜੀ ਕੁੜੀਆਂ ਨੇ ਆਉਣਾ ਹੈ ਸਿਰਫ ਸਟਾਰਾਂ ਨੇ ਆਉਣਾ ਹੈ ਕੁੜੀਆਂ ਨਹੀਂ ਆਉਣਾ ਨਿਕਲੋ ਬਾਹਰ ਚਲੋ ਨਾ ਓਹੋ ਕੰਮ ਹੀ ਨਹੀਂ ਨਾ ਓਹੋ ਬੇਟਾ ਕੀ ਕਰ ਰਹੇ ਹੋ ਇਹ ਘਰ ਚੱਕਰ ਚੱਲ ਜਾਣਗੇ ਤੇ ਸਾਡਾ ਘਰ ਕਿਰਾਏ ਤੇ ਕੌਣ ਲਏਗਾ ਨਾਲੇ ਮੈਨੂੰ ਪਤਾ ਹੈ ਕਿ ਤੂੰ ਇੰਨਾ ਪਿਆਰ ਕਰਨੀ ਹੈ ਇਹ ਤੇਰੇ ਮੇਰਾ ਵਾਅਦਾ ਰਿਹਾ ਉਹ ਕਿਤੇ ਵੀ ਹੋਰ ਸ਼ਾਦੀ ਨਹੀਂ ਕਰੇਗਾ ਤੇਰੇ ਨਾਲ ਹੀ ਕਰੇਗਾ ਨਹੀਂ ਚਾਚਾ ਜੀ ਮੇਰਾ ਭੋਲਾ ਜੱਜੇ ਭੋਲਾ ਇਹ ਕੁੜੀਆਂ ਆਈਆਂ ਤੇ ਉਹਨੂੰ ਫਸਾ ਲੈਣਗੀਆਂ ਫੜ ਕੇ ਓਏ ਚਾਚਾ ਜੀ ਉਹਨੂੰ ਕਿੰਨੇ ਫਸਾਉਣਾ ਓ ਚਾਚਾ ਹਾਂਜੀ ਭਤੀਜੀ ਤੇਰੀ ਵਾਵਾ ਹੀ ਆ ਇਹ ਤਾਂ ਕੁਛ ਵੀ ਨਹੀਂ ਜਦ ਆਪਣੀਆਂ ਲੈ ਕੇ ਵਿਖਾ ਉਹ ਚਲੇ ਜਾਂਦੇ ਸੁਨੈਣ ਉਹ ਪਿੱਛੋਂ ਕਹਿ ਰਹੇ ਭਾਈ ਜਵੇਦ ਹਾਂਜੀ ਕਰ ਲਓ ਤੁਸੀਂ ਡਬਲ ਡੈਕ ਸਾਰਾ ਹੀ ਇਹ ਕੀ ਲਿਖ ਬੈਠੇ ਹੋ ਤੁਸੀਂ ਆਹੋ ਹਾਂ ਕੀ ਕਹਿ ਰਹੇ ਤੁਸੀਂ ਪਤਾ ਨਹੀਂ ਕੀ ਕਹਿ ਰਹੇ ਦੱਸੋ ਤੁਸੀਂ ਤੈਨੂੰ ਪਸੰਦ ਆ ਆਹੋ ਮੇਰੇ ਨਾਲ ਸ਼ਾਦੀ ਕਰੇਗਾ ਮੇਰੇ ਨਾਲ ਸ਼ਾਦੀ ਕਿਵੇਂ ਕਰੇਗਾ ਤੁਸੀਂ ਸੱਚੀ ਗੱਲ ਕਹਿੰਦੇ ਹੋ ਪਰ ਮੈਨੂੰ ਯਕੀਨ ਨਹੀਂ ਆਉਂਦਾ ਕਿ ਮੇਰੇ ਨਾਲ ਪਿਆਰ ਕਰਦਾ ਮੇਰੇ ਨਾਲ ਸ਼ਾਦੀ ਕਰੇਗਾ
ਤੇ ਭੋਲਾ ਰਹਿ ਕਿੱਥੇ ਗਿਆ ਹੈ ਵੈਸੇ? ਭੋਲਾ ਭੋਲਾ ਹੋ ਗਿਆ ਲੱਗਦਾ। ਉਹਨੂੰ ਸਭ ਕੁਛ ਸਮਝਾ ਦੀ, ਉਹ ਪਤਾ ਕੀ ਗੱਲ ਚੱਲਾ ਜਾਏਗਾ ਵਾ, ਤੇ ਐਵੇਂ ਨਾ ਬੌਂਗੀਆਂ ਮਾਰ ਦਿੰਦਾ ਲੋਕਾਂ ਦੇ ਸਾਹਮਣੇ ਆ ਕੇ। ਹਾਂ ਹੈ, ਕਿੱਥੇ ਮੈਂ ਮਿਲ ਕੇ ਆਵਾਂ? ਆਉਂਦਾ ਵਾ, ਇੱਥੇ ਆ ਜਾਂਦਾ ਵਾ, ਤੂੰ ਨਾ ਉਹਨੂੰ ਸਮਝਾਉਣਾ ਵਾ। ਮੈਂ ਕਿਹਾ ਉਹਨੂੰ ਮੈਂ, ਹਾਂ ਆਇਓ ਮੈਂ, ਨਹੀਂ ਤੂੰ, ਤੈਨੂੰ ਮੈਂ ਕੀ ਕਰਨਾ ਵੱਢਣ। ਉਹ ਚੱਲ ਜਾ ਕੰਮ ਕਰ, ਜਿੰਨੇ ਤੂੰ ਬੋਲਣ ਨਹੀਂ ਹੈ ਤੇਰੇ ਵਰਗੀ ਸਿਰਫ ਦੋ ਵਾਰੀ ਨਾ ਕਰਦੀ। ਕਿਵੇਂ? ਨਹੀਂ ਨਹੀਂ ਮੈਂ ਨਹੀਂ, ਚਲੋ ਠੀਕ ਆ। ਚਲੋ ਤੁਹਾਡੇ ਤੋਂ ਬਾਅਦ ਨਹੀਂ ਨਾ ਆਉਂਦਾ, ਦੇਖਿਆ ਕਿ ਉਹਦੇ ਬੰਦੇ ਆ ਗਏ ਇੱਥੇ। ਓਹੋ ਇਹ ਰਾਈਟਰ ਨੇ, ਇਹਨਾਂ ਦਾ ਹੁਣ ਆਉਣਾ ਜਾਣਾ ਲੱਗਾ ਰਹੇਗਾ। ਭੋਲਾ ਹੈ ਕਿੱਥੇ ਵੇ? ਭੋਲਾ ਭੋਲਾ ਮੈਨੂੰ ਲੱਗਦਾ ਉਹਦੇ ਕੋਠੇ ਤੇ ਚੜ ਕੇ ਆਪਣਾ ਕਬੂਤਰਾ ਤੇ ਲੱਗਾ ਹੋਣਾ ਨਾਲ ਉਹਨਾਂ ਦੇ, ਪਤਾ ਨਹੀਂ ਕਿੱਥੇ ਰਹਿ ਗਿਆ ਉਹ। ਕਿੱਥੇ ਡਾਇਰੈਕਟਰ ਆ ਹੀ ਨਾ ਜਾਏ। ਮੇਰਾ ਤੇ ਹੁਣ ਧਿਆਨ ਪਿਆ ਇਹਨਾਂ ਤੇ। ਵਾਹ ਜੀ ਵਾਹ, ਜ਼ੇਨ ਉਹ ਹੀ ਹੈ। ਹਾਏ ਹਾਏ, ਤੁਸੀਂ ਤਾਂ ਹੀਰੋਇਨ ਲੱਗ ਰਹੇ ਹੋ, ਟੁਰੇ ਦੇ ਕਿੱਡੇ ਸੋਹਣੇ ਲੱਗਦੇ ਹੋ। ਤੁਸੀਂ ਫਿਲਮਾਂ 'ਚ ਕੰਮ ਕਰੋ, ਤੁਹਾਡੀ ਇੱਜ਼ਤਾਂ ਹੋਣਗੀਆਂ, ਤੁਹਾਡਾ ਨਾਂ ਹੋਏਗਾ ਜਦੋਂ ਥੋੜਾ ਜਿਹਾ ਗਾਂ ਹੋਏਗਾ। ਕੀ ਮਤਲਬ ਏ? ਮੇਰਾ ਮਤਲਬ ਜਦੋਂ ਜਿਕਰ ਗਲਤ ਕੁਛ ਲਿਖ ਬੈਠੇ, ਸਹੀ ਲਿਖ ਬੈਠਾ। ਅੱਛਾ ਤੁਸੀਂ ਵੀ ਸਹੀ ਲਿਖ। ਮੈਂ ਡਾਇਰੈਕਟਰ ਸਾਹਿਬ ਹੁਣੇ ਲੈ ਕੇ ਆਨਾ ਮੈਂ। ਹਾਂ ਟਾਂਗ ਤੋਂ ਉੱਤਰ ਕੇ ਪੈ ਨਾਲ ਲੈ ਕੇ ਆਓ। ਫਿਕਰ ਨਾ ਤੇ 5 ਸਾਲ ਹੋਏਗਾ ਤਾਂ ਫਿਰ ਮੈਂ, ਕਿਉਂਕਿ ਬਹੁਤ ਸਾਰੇ ਲੋਕ ਬਣੇ ਪਿੱਛੇ ਬੈ ਰਹੇ ਸੀ। ਮੈਂ ਉਧਰ ਨੂੰ ਤੁਰਿਓ, ਤੇਜ਼ ਤੁਰਿਓ, ਤੇਜ਼ ਇੱਧਰ ਵਾਪਸ ਆਇਓ, ਹੁਣ ਥੋੜਾ ਪਿੱਛੇ ਜਾਇਓ, ਹੁਣ ਥੋੜਾ ਅੱਗੇ ਆਇਓ, ਤੁਰਦੇ ਫਿਰਦੇ ਰਿਹਾ ਕਰੋ। ਆਪਣੇ ਘਰ ਹੁਣ ਕੰਜੜਾਂ ਦਾ ਕੰਮ ਹੋਏਗਾ। ਆਰਟ ਹੈ ਬੇਟਾ, ਆਰਟ। ਆਰਟ ਕਹਿੰਦਾ ਕੋਈ ਨੀ, ਬਸ ਜਿਹਨੂੰ ਵੀ ਸੁਣਿਆ ਹੀ ਸੁਣਿਆ। ਮੇਰੀ ਜ਼ਿੰਦਗੀ ਹੈ ਤੂੰ, ਉਹ ਜਾ ਕੰਮ ਕਰ ਹੁਣ। ਨਹੀਂ ਹੁਣ ਇੱਥੇ ਫਿਲਮਾਂ ਵਾਲੀਆਂ ਕੁੜੀਆਂ ਆਉਣੀਆਂ ਨੇ, ਹੁਣ ਇੱਥੇ ਬਗੈੜਤੀ ਵਾਲੇ ਕੰਮ ਹੋ ਜਾਣਗੇ। ਮੈਨੂੰ ਨਹੀਂ ਘਰੇਲੂ ਕੁੜੀ ਚਾਹੀਦੀ। ਓਲੇ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਨੀ ਆ। ਆਪਣਾ ਪਿਆਰ ਆਪਣੇ ਕੋਲ ਰੱਖ, ਸਾਨੂੰ ਨਹੀਂ ਦੇਸੀ ਪਿਆਰ ਚਾਹੀਦੇ, ਹੁਣ ਅੰਗਰੇਜ਼ੀ ਪਿਆਰ ਹੋਣਗੇ। ਆਏ ਤੈਨੂੰ ਪਤਾ ਨਿੱਕੀ ਨਿੱਕੀ ਹੁੰਦੇ ਤੋਂ ਮੈਂ ਤੇਰੇ ਨਾਲ ਪਿਆਰ ਕਰਨੀ ਆ। ਤੂੰ ਹੀ ਕਰਦੀ ਹੁੰਦੀ ਸੀ, ਮੈਂ ਤੇ ਸੁੱਤਾ ਰਹਿੰਦਾ ਸੀ, ਮੈਂ ਤੇ ਪਾਸਾ ਲੈ ਲੈਣਾ ਸਾਂ। ਪਰ ਜੋ ਵੀ ਨਾ ਤੁਸੀਂ ਕਿਸੇ ਕੁੜੀ ਵੱਲ ਵੇਖਿਆ ਨਾ ਤੇ ਮੈਂ ਮਰ ਜਾਵਾਂਗੀ। ਉਹ ਜਾ ਮਾੜ ਵਿੱਚੋਂ ਮਰ ਜਾਵਾਂਗੀ, ਐਵੇਂ ਮੈਨੂੰ ਤੜੀ ਨਾ ਲਾਈ ਇਹੋ ਜਿਹੀ। ਮੈਂ ਵਿਆਹ ਕਰਨਾ ਕਿਸੇ ਅੱਛੀ ਜਗ੍ਹਾ ਤੇ ਪਾ, ਮੈਨੂੰ ਸੋਹਣੀ ਕੁੜੀ ਲਿਆ ਕੇ ਦੇਵੀਂ ਤੂੰ। ਉਹ ਨਹੀਂ ਨਹੀਂ, ਇਹ ਤੇਨਾਂ ਪਿਆਰ ਕਰਦੀ ਹੈ। ਨਹੀਂ ਮੈਂ ਨਹੀਂ ਕਰਨਾ ਰਿਸ਼ਤੇਦਾਰਾਂ 'ਚ ਵਿਆਹ। ਬੋਲੇ ਹਾਂ, ਦੱਸ ਮੇਰੇ 'ਚ ਕਿਸ ਚੀਜ਼ ਦੀ ਕਮੀ ਹੈ? ਦਿਲ 'ਚ ਵਾਧਾ ਕਿਸ ਚੀਜ਼ ਦਾ? ਮੈਨੂੰ ਸਾਰਾ ਪਤਾ, ਮੈਂ ਤੈਨੂੰ ਬਹੁਤ ਕਰੀਬ ਤੋਂ ਵੇਖਿਆ। ਤੂੰ ਮੇਰੇ ਨਾਲ ਪਿਆਰ ਨਹੀਂ ਕਰਦਾ? ਤੂੰ ਮੇਰੇ ਨਾਲ ਪਿਆਰ ਨਹੀਂ ਕਰਦਾ? ਕਿਹੜਾ ਨਾਲ? ਮੇਰੇ ਨਾਲ ਪਿਆਰ ਨਹੀਂ ਕਰਦਾ? ਨਹੀਂ ਕਰਦਾ, ਨਹੀਂ ਕਰਦਾ, ਨਹੀਂ ਕਰਦਾ। ਤੇ ਠੀਕ ਹੈ, ਤੈਨੂੰ ਮੈਂ ਮਾਰ ਕੇ ਵਹਾਵਾਂਗੀ। ਸਮਝ ਆਈ? ਤੂੰ ਕਿਸੇ ਕੁੜੀ ਨੂੰ ਲੱਗ ਚੁੱਕੇ ਵੇਖਿਆ ਨਾ ਤੇ ਮੇਰੀ ਮੌਤ ਤੇ ਹੋਏਗੀ। ਬਾਬਾ ਐਵੇਂ ਮੈਨੂੰ ਉਸ ਗੱਲਾਂ ਕਰੀ ਜਾ ਰਹੀ ਹੈ? ਮੇਰੀ ਗੱਲ ਸੁਣ, ਇੱਥੇ ਹੁਣ ਲੋਕਾਂ ਨੇ ਨਾ ਛੁੱਟੀਆਂ ਕਰਨ ਆਉਣੀਆਂ ਨੇ ਤੇ ਉਹਨਾਂ ਦੇ ਸਾਹਮਣੇ ਕੋਈ ਚੱਲ ਪਾਉਣਾ ਦਾ ਮਜ਼ਾਰਾ ਨਾ ਕਰੀ, ਤੇ ਗੁੱਸੇ ਨਾਲ ਬਾਹਰ ਚੱਲ ਜਾ। ਮੈਂ ਸਾਰਿਆਂ ਨੂੰ ਚਾਹ ਪਲਾਵਾਂ। ਬੇਟਾ
ਲੋ ਜੀ ਅੱਲਾ ਹੈਰ ਕਰੇ ਤੇ ਸਾਰੇ ਕੰਮ ਓਕੇ ਹੋ ਗਏ। ਅਸਲਾਮ ਵਾਲੇਕੁਮ। ਸਲਾਮ, ਕੀ ਹਾਲ ਚਾਲ ਹੈ ਜੀ? ਹਾਂ ਜੀ ਓਕੇ ਸਰ, ਓਕੇ ਸਰ। ਉਹ ਸਰ ਬੜੀ ਮਿਹਰਬਾਨੀ, ਹੁਣ ਸਾਲ ਵਾਸਤੇ ਅਸੀਂ ਇੱਥੇ ਹੀ ਆ। ਐ ਤਾਂ ਸਾਈਨ ਕਰਵਾ ਲਓ ਨਾ ਮੇਰੇ ਕੋਲ। ਮੈਂ ਸਾਈਨ ਤੁਸੀਂ ਸਾਡੇ ਕੋਲ ਕਰਾਣੇ ਨੇ ਕਿ ਤੁਸੀਂ ਸਾਡੇ ਕੋਲ ਅਸੀਂ ਕਰਾਣੇ ਨੇ? ਨਹੀਂ ਤੁਸੀਂ ਕਰਦੇ ਜੋ ਮੈਂ ਕਰਦਾ। ਤੁਹਾਨੂੰ ਐਡਵਾਂਸ ਆ ਗਿਆ? ਨਹੀਂ। ਕਿਉਂ ਨਹੀਂ ਆਇਆ? ਓਏ ਐਡਵਾਂਸ ਨਹੀਂ ਭੇਜਿਆ? ਇਹ ਤਾਂ ਕਹਿੰਦੇ ਡਾਇਰੈਕਟਰ ਸਾਹਿਬ ਆਉਣਗੇ। ਤੁਹਾਨੂੰ ਚੈੱਕ ਮਿਲ ਜਾਏਗਾ। ਓਕੇ, ਇੱਥੇ ਸ਼ੂਟਿੰਗਾਂ ਪਿੱਛੇ ਕਮਰੇ ਕੁਮਰੇ ਬਿਹਤਰੀਨ, 10-15 ਕਮਰੇ ਨੇ, ਗੈਲਰੀ ਏ, ਆਪਣਾ ਗ੍ਰੀਨ ਰੂਮ ਏ। ਬੱਚੀਆਂ ਬੱਚੀਆਂ ਦੱਸੋ, ਬੱਚੀਆਂ ਤੁਹਾਡੀਆਂ ਹੋਣੀਆਂ? ਨਹੀਂ ਨਹੀਂ, ਸਾਰੀਆਂ ਤਾਂ ਨਿਕਲ ਗਈਆਂ। ਓਏ ਤੇਰੀਆਂ ਨਹੀਂ ਪੁੱਛ ਰਹੇ, ਫਿਲਮਾਂ ਦੀਆਂ ਪੁੱਛ ਰਹੇ। ਹਾਂ ਜੀ ਹਾਂ। ਸੀਨ ਸੁਣਾ ਮੈਨੂੰ, ਪਤਾ ਲੱਗੇ ਕਿੱਥੋਂ ਸ਼ੁਰੂ ਕਰਨੀ ਦੀ ਸ਼ੂਟਿੰਗ। ਸੀਨ ਐਡਾ ਸੋਹਣਾ ਮੈਂ ਲਿਖਿਆ। ਕੀ ਲਿਖਿਆ ਸੁਣਾ ਦੇ। ਮੈਂ ਕੀ ਲਿਖ ਬੈਠਾ, ਕੀ ਲਿਖ ਬੈਠਾ? ਉਹ ਕੀ ਲਿਖ ਬੈਠਾ? ਭੈਣ ਨੂੰ ਲਵ ਲੈਟਰ ਲਿਖ ਬੈਠਾ? ਕੀ ਲਿਖ ਬੈਠਾ? ਉਹ ਤੈਨੂੰ ਮੈਂ ਕਿੰਨੀ ਵਾਰੀ ਕਿਹਾ, ਮੈਨੂੰ ਇਹ ਨਾ ਕਿਹਾ ਕਰ, ਮੈਨੂੰ ਸੀਨ ਸੁਣਾਇਆ ਕਰ। ਸੀਨ ਆਪਣਾ ਸੀਨ ਲਿਖ ਕੇ ਤੈਨੂੰ ਨਹੀਂ ਪਤਾ ਲੱਗਦਾ ਮੈਂ ਕੀ ਲਿਖ ਬੈਠਾ? ਅਗਲੇ ਸਮੇਂ ਤੇ ਵੇਖ ਲੈਣਾ। ਵੇਖ ਸੁਣਾ ਸੀਨ ਜ਼ਰਾ। ਇਹ ਸੀਨ ਹੈਗਾ ਜੀ, ਉਹ ਕਿ ਮੈਂ ਕੀ ਲਿਖ ਬੈਠਾ? ਤੂੰ ਕੀ ਲਿਖ ਬੈਠਾ? ਮੈਂ ਤੈਨੂੰ ਦੱਸਾਂ ਕੀ ਲਿਖ ਬੈਠਾ ਤੂੰ। ਉੱਲਾ ਦੀ ਕਸਮ ਹੈ ਬਾਜੀ, ਅਸੀਂ ਸ਼ੁਰੂ ਕਾਰੋਬਾਰ ਕੀਤਾ ਮਿੱਟੀ ਦੇ ਤੇਲ ਦਾ, ਫੇਰ ਇੱਕ ਲਿਆ ਮੈਂ ਰੇੜਾ ਤੇ ਇੱਕ ਲਈ ਮੈਂ ਖੋਤੀ। ਕਿਆ ਮੈਂ ਪਹਿਲੇ ਪਿੰਡ ਚ ਮਾਈ ਆਈ? ਅੱਛਾ। ਕਹਿੰਦੀ ਕਾਕਾ ਤੇਲ ਅਸਲੀ? ਅੱਛਾ। ਮੈਂ ਕਿਹਾ ਮਾਂ ਜੀ ਤੀਲੀ ਲਾ ਕੇ ਚੈੱਕ ਕਰੋ। ਫੇਰ ਉਹਨੇ ਤੀਲੀ ਲਾਈ, ਨਾ ਰੇੜਾ ਲੱਭਾ ਨਾ ਖੋਤੀ ਲੱਭੀ। ਜਾ ਖੋਤੀ ਦਿਆ ਮਜਿਆ ਯਾਰ, ਗੱਲ ਸੁਣ। ਫੇਰ ਉਹਦੇ ਬਾਅਦ ਮੈਂ ਕਾਰੋਬਾਰ ਸ਼ੁਰੂ ਕੀਤਾ ਕਮੇਟੀਆਂ ਦਾ। ਫੇਰ ਮੈਂ ਪਾਈ 50,000 ਦੀ ਕਮੇਟੀ ਇੱਕ ਮਾਈ ਨਾਲ। ਅੱਛਾ। 25 ਤਰੀਕ ਨੂੰ ਮੇਰੀ ਕਮੇਟੀ ਨਿਕਲ ਲਈ ਸੀ। ਫੇਰ 22 ਤਰੀਕ ਨੂੰ ਮਾਈ ਨਿਕਲ ਗਈ। ਘਾਟੇ ਮੈਂ ਹੋਣਾ ਸੀ। ਗੱਲ ਸੁਣ, ਇੱਥੇ ਤੂੰ ਅੱਗ ਘਰ ਤੇ ਵੇਖ ਲਿਆ? ਹਾਂਜੀ। ਤੇ ਘਰ ਦਾ ਮਾਲਕ ਕੌਣ ਏ? ਗੱਲ ਕਿਹਦੇ ਨਾਲ ਕਰਨੀ ਏ? ਹੈ ਕੌਣ ਇੱਥੇ ਦੇ? ਸਾਰੇ ਆ ਜਾਂਦੇ ਨੇ, ਨਾ ਟੈਨਸ਼ਨ ਲੈ, ਤੂੰ ਘਰ ਪਸੰਦ ਕਰ, ਲੋਕੇਸ਼ਨ ਪਸੰਦ ਕਰ। ਉਹ ਬਕਵਾਸੀ ਆ ਯਾਰ, ਐਵੇਂ ਪਸੰਦ ਕਰਕੇ ਚਲੇ ਜਾਈਏ, ਮੁੜ ਕੇ ਸਾਡੇ ਤੇ ਛਾਪਾ ਪੈ ਜਾਈਏ ਕਿ ਬੇਲਾ ਸਾਡੇ ਤੇ ਚੋਰੀ ਪੈ ਗਈ ਵੇ ਕੋਈ। ਬਲਾਤ ਸਹੀ, ਕੋਈ ਮਾਲਕ ਕੌਣ ਕਰਦਾ ਇੱਥੇ ਦਾ? ਉਹਨਾਂ ਦੀ ਗੱਲ ਕਰੀਏ, ਕੋਈ ਰਾਈਟਰ ਆਣਾ, ਕੋਈ ਡਾਇਰੈਕਟਰ ਆਣਾ, ਉਹ ਦੱਸਣਾ ਨਹੀਂ ਅਸੀਂ ਭਾਈ ਸਾਹਿਬ, ਇੰਨੀ ਕਿਸ਼ਤ ਸਾਡੀ ਮੁਕਾ ਲਈ ਸੀ ਇਹਨਾਂ ਨਾਲ। ਸਹੀ ਕਹਿ ਰਹੇ ਤੁਸੀਂ, ਮੈਨੂੰ ਸਮਝਦਾਰ ਲੱਗਦੇ, ਲੇਕਿਨ ਹੈ ਨਹੀਂ ਤੁਸੀਂ ਐਡੇ। ਬੜਾ ਸਮਝਦਾਰ ਆ ਮੈਂ। ਤੂੰ ਮੈਨੂੰ ਕੀ ਸਮਝਦਾ? ਫੈਸਲਾਬਾਦ ਤੁਹਾਨੂੰ ਕੈਸਾ ਲੱਗਾ? ਬਹੁਤ ਅੱਛਾ ਲੱਗਾ। ਹਾਏ ਹਾਏ ਹਾਏ, ਤੈਨੂੰ ਵਾੜਿਆ ਕਹਿੰਦੇ, ਅਸੀਂ ਪਹਿਲੇ ਵੀ ਗੱਲ ਇਹ ਕੀਤੀ, ਕਾਕਾ ਨਾ ਬੋਲ ਨਾ ਬੋਲ, ਸਾਡੇ ਕੰਜਰ ਪੂਰੇ ਆ। ਠੀਕ ਹੈ, ਕੋਈ ਗੱਲ ਨਹੀਂ। ਵਜ੍ਹਾ ਇਹ ਯਾਰ, ਅੱਜ ਕੱਲ੍ਹ ਹਾਲਾਤ ਬਹੁਤ ਖਰਾਬ ਹੋ ਗਏ ਆ, ਮਹਿੰਗਾਈ ਇੰਨੀ ਹੋ ਚੁੱਕੀ ਹੈ, ਬੰਦਾ ਕਰੇ ਕੀ ਆ। ਅੱਛਾ। ਹਾਂ, ਬੜੀ ਮਹਿੰਗਾਈ ਹੋ ਗਈ ਹੈ ਯਾਰ। ਕੀ ਮਹਿੰਗਾਈ ਹੋ ਗਈ? ਬਸ ਯਾਰ, ਸਾਰੇ ਬੋਲਦੇ ਪਏ ਇਮਰਾਨ ਖਾਨ ਦੀ। ਅੱਛਾ। ਨਹੀਂ ਇਮਰਾਨ ਖਾਨ ਨੂੰ ਵੈਸੇ ਕੁਛ ਨਹੀਂ ਕਹਿਣਾ। ਉਹ ਕਿਉਂ? ਬੜਾ ਠੀਕ ਬੰਦਾ, ਸ਼ਦਾਦਾ ਬੰਦਾ ਹੀ। ਵੈਸੇ ਹਾਂ, ਹੈ ਵੈਸੇ ਫਰਿਸ਼ਤਾ ਹੈ। ਕੌਣ ਆਇਆ ਭਾਈ? ਹੈਲੋ ਹੈਲੋ, ਤੁਹਾਨੂੰ ਲੱਭਦੇ ਪਏ ਇੱਥੇ, ਲੱਭਦੇ ਇੱਥੇ ਆ ਗਏ। ਇਹ ਕੌਣ ਨੇ? ਇਹ ਜਿਨ੍ਹਾਂ ਦਾ ਤੁਸੀਂ ਕਿਹਾ ਨਹੀਂ ਸੀ, ਜਿਨ੍ਹਾਂ ਨੂੰ ਮਕਾਨ ਦੇਣਾ ਕਿਰਾਏ ਤੇ ਸ਼ੂਟਿੰਗ ਲਈ। ਅੱਛਾ ਅੱਛਾ ਅੱਛਾ, ਉਹ ਨੇ? ਹਾਂਜੀ, ਅਸਿਸਟੈਂਟ ਡਾਇਰੈਕਟਰ ਸਾਹਿਬ। ਅਸਲਾਮ ਵਾਲੇਕਮ। ਵਾਲੇਕਮ ਅਸਲਾਮ। ਵੱਡੇ ਡਾਇਰੈਕਟਰ ਸਾਹਿਬ ਨਹੀਂ ਆਏ? ਇਹ ਪਹਿਲੇ ਲੋਕੇਸ਼ਨ ਚੈੱਕ ਕਰਨਗੇ। ਇਹ ਵੱਡਾ ਸਹੀ ਕਿਹੜਾ ਦੇਗਾ? ਸੁਣ ਕੇ ਜ਼ਰਾ। ਹਾਂ, ਇਹ ਮਾਸ਼ਾਅੱਲਾ 10 ਕਮਰੇ ਨੇ ਸਾਡੇ। ਅੱਛਾ। ਬੇਸਮੈਂਟ ਵੀ ਏ। ਅੱਛਾ। ਬਹੁਤ ਖੁੱਲੀ ਛੱਤ ਵੀ ਏ। ਅੱਛਾ। ਵੱਡੀ ਟੈਂਕੀ ਜਿਹੜੀ ਏ ਪਾਣੀ ਵਾਲੀ ਏ। ਵਾਓ, ਇਹਦਾ ਮਤਲਬ ਨਾਣ ਧੋਣ ਦਾ ਇੰਤਜ਼ਾਮ ਕੀਤਾ ਆ ਜੀ। ਇੱਥੇ ਮਾਸ਼ਾਅੱਲਾ ਸਾਰੇ ਲੋਕ ਇਸੇ ਘਰ 'ਚ ਛੁੱਟੀਆਂ ਕਰਦੇ ਨੇ। ਅੱਛਾ ਅੱਛਾ ਅੱਛਾ, ਛੁੱਟੀਆਂ ਇੱਥੇ ਹੀ ਹੁੰਦੀਆਂ ਤੁਹਾਡੀਆਂ? ਫਰਜ਼ ਤੋਂ ਤੁਹਾਡਾ ਰੋਜ਼ਗਾਰ ਕਿੱਥੋਂ ਚੱਲਦਾ? ਖਾਣਾ ਪੀਣਾ ਤੁਹਾਡਾ ਕਿੱਥੋਂ ਚੱਲਦਾ? ਬਈ ਦੇਖੋ ਨਾ, ਇੱਥੇ ਜਿਹੜੇ ਲੋਕ ਛੁੱਟੀ ਕਰਨ ਆਉਂਦੇ ਨੇ, ਹਾਂ, ਉਹ ਸਾਨੂੰ ਕਿਰਾਇਆ ਦਿੰਦੇ ਨੇ। ਹਾਂ, ਉਹਦੀ ਵਜ੍ਹਾ ਤੋਂ ਸਾਡਾ ਰੋਜ਼ਗਾਰ ਚੱਲਦਾ। ਤੇ ਅੱਲਾ ਨਾ ਕਰੇ ਤੁਹਾਡਾ ਕਦੀ ਕੋਈ ਸ਼ੂਟਿੰਗ ਵਾਲਾ ਨਾ ਆਵੇ, ਕੋਈ ਤੁਹਾਡਾ ਕੰਮ ਨਾ ਚੱਲੇ, ਫਿਰ ਤੁਸੀਂ ਕਿੱਥੋਂ ਖਾਂਦੇ ਪੀਂਦੇ ਹੋ? ਬਕਵਾਸ ਕਰ ਚੁੱਕੇ। ਇਹ ਬਕਵਾਸ ਕਰ ਰਹੇ ਆ? ਬਕਵਾਸ ਕਿਹੜੀ ਕਰ ਰਹੇ? ਮੈਂ ਤੁਹਾਡਾ ਸਿੱਧੀ ਗੱਲ ਕਰ ਰਿਹਾ ਤੁਹਾਡੇ ਨਾਲ। ਮੈਂ ਫਿਰ ਅੱਲਾ ਮਾਲਕ ਹੈ। ਅੱਲਾ ਸਾਰਿਆਂ ਦਾ ਮਾਲਕ ਹੈ। ਫਿਰ ਮਿਹਨਤ ਕਰਾਂਗੇ, ਮਜ਼ਦੂਰੀ ਕਰਾਂਗੇ।
ਅੱਛਾ ਅੱਛਾ ਚਲਾਉਣਾ ਹੀ ਹੈ ਨਾ ਹਾਂ ਹਾਂ ਮੇਰਾ ਇੱਕ ਰਾਈਟਰ ਹੈ ਵੇ ਅੱਛਾ ਠੀਕ ਹੈ ਨਾ ਉਹ ਵੀ ਆ ਕੇ ਵੇਖ ਲੇਗਾ ਤੁਹਾਡਾ ਘਰ ਕਿਸ ਤਰ੍ਹਾਂ ਦਾ ਵੇ ਫਿਰ ਤੁਹਾਡਾ ਅਸੀਂ ਰਕਮ ਵੀ ਤੁਹਾਡਾ ਡਿਸਾਈਡ ਕਰ ਲਾਂਗੇ ਜਿਹੜੀ ਆਪਣੀ ਲੋਕੇਸ਼ਨ ਤੇ ਆਪਣੀ ਸਕ੍ਰਿਪਟ ਦੇ ਮੁਤਾਬਕ ਹਾਂਜੀ ਹਾਂਜੀ ਬਹੁਤ ਪਸੰਦ ਆਏਗਾ ਮੇਰਾ ਘਰ ਮੈਂ ਇਹੀ ਗੱਲ ਕਰਕੇ ਆਟਾ ਮੈਨੂੰ 8-10 ਕਮਰੇ ਦੱਸੇ ਨੇ ਮੈਂ ਕਿਹਾ ਆ ਜਾਣਗੇ ਇੱਥੇ ਹੀ ਰਹਿਣਗੇ ਇੱਥੇ ਹੀ ਖਾਣ ਪੀਣਗੇ ਸਾਰੇ ਇੱਥੇ ਮਜ਼ਾ ਲੈਣਗੇ ਬਹੁਤ ਬੜਾ ਗਰਾਊਂਡ ਏ ਅੱਛਾ ਜੀ ਇਹਦਾ ਮਤਲਬ ਤੁਸੀਂ ਉੱਥੇ ਚੜ ਕੇ ਆਏ ਹੋ ਲਾ ਵੇ ਬੜਾ ਅੱਛਾ ਬੜੇ ਅੱਛੇ ਇੱਥੇ ਗੁਲਦਾਨ ਵੱਡਾ ਗਰਾਊਂਡ ਏ ਆਏ ਹਾਏ ਸਾਰਾ ਦਿਨ ਖੋਤਾ ਉੱਥੇ ਹੀ ਚੜਦਾ ਆਪਣਾ ਰਾਈਟਰ ਸਾਹਿਬ ਡਾਕਟਰ ਸਾਹਿਬ ਨਹੀਂ ਮੇਰੇ ਆ ਰਹੇ ਮੂਡ ਨਜ਼ਰ ਨਹੀਂ ਆ ਰਹੇ ਕਿਹੜਾ ਸ਼ਰਾਬ ਵਾਲੇ ਕਿੰਨਾ ਪਿਆਰੀ ਤੇ ਸਮਝ ਨਹੀਂ ਆਉਂਦੀ ਮੈਂ ਕੀ ਲਿਖ ਬੈਠਾ ਕੀ ਲਿਖ ਬੈਠਾ ਹਾਂ ਕੀ ਲਿਖ ਬੈਠਾ ਬੇਟਾ ਇਹ ਬਕਵਾਸ ਨਹੀਂ ਕਰਨੀ ਠੀਕ ਹੈ ਆਰਾਮ ਨਾਲ ਗੱਲ ਕਰਨੀ ਹੈ ਠੀਕ ਹੈ ਐ ਮਾਲਕ ਇੱਥੇ ਦਾ ਠੀਕ ਹੈ ਇਹਨਾਂ ਨੂੰ ਅਸੀਂ ਕਿਰਾਇਆ ਦੇਣਾ ਇਹਨਾਂ ਨਾਲ ਆਰਾਮ ਨਾਲ ਗੱਲ ਕਰਨੀ ਸਾਡਾ ਕਿਰਾਇਆ ਸਾਡਾ ਥੋੜਾ ਕਰ ਲੈਣਗੇ ਇਹ ਘਰ ਆਹੀ ਆ ਬਿਲਕੁਲ ਹਾਂਜੀ ਇਹੋ ਹੀ ਇਹ ਘਰ ਚੜਾਵਾ ਜੀ ਜੀ ਇਹ ਮੈਂ ਕੀ ਲਿਖ ਬੈਠਾ ਕੀ ਲਿਖ ਬੈਠਾ ਅੱਛਾ ਤਕਰੀਬਨ 10 ਕਮਰੇ ਨੇ 10 ਕਮਰੇ ਯੂਜ਼ੇਬਲ ਨੇ ਬਾਕੀ ਕਮਰੇ ਤੇ ਬਹੁਤ ਨੇ ਅੱਛਾ ਜੀ ਓਏ ਮੈਂ ਕੀ ਲਿਖ ਬੈਠਾ ਕੀ ਲਿਖ ਬੈਠਾ ਅੱਛਾ ਇਹ ਕਮਰੇ ਜਿਹੜਾ ਡੈਕੋਰੇਟ ਜਿਹੜਾ ਫੁੱਲ ਤਿਆਰ ਕਮਰਾ ਹੈ ਮੈਂ ਕਿਹਾ ਸਾਰੇ ਸ਼ੂਟਿੰਗ ਇੱਥੇ ਕਰ ਦਿੰਦੇ ਸਰ ਅੱਛਾ ਜੀ 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 ਓਏ ਮੈਂ ਸਦਕੇ ਜਾਵਾਂ ਓਏ ਮੈਂ ਕੀ ਲਿਖ ਬੈਠਾ ਕੀ ਲਿਖ ਬੈਠਾ ਇੱਥੇ ਇੱਕ ਬੈਡਰੂਮ ਹੈ ਬੜਾ ਅੱਛਾ ਹਾਂ ਓਏ ਹੋ ਉਹਦੇ ਨਾਲ ਜਿਹੜਾ ਫਰਨੀਚਰ ਜਿਹੜੇ ਤਕੀਏ ਨਾ ਅੱਛਾ ਜੀ ਉਹ ਬਾਦਸ਼ਾਹੀ ਖਾਨਦਾਨ ਓਏ ਹੋਏ ਬਾਦਸ਼ਾਹੀ ਖਾਨਦਾਨ ਦੇ ਤਕੀਏ ਕਿੱਡਾ ਸੋਹਣਾ ਬੈਡਰੂਮ ਕਿੱਡਾ ਸੋਹਣਾ ਐਟਮੋਸਫੇਅਰ ਓਏ ਹੋਏ ਹੋਏ ਹੋ ਮੈਂ ਕੀ ਲਿਖ ਬੈਠਾ ਕੀ ਲਿਖ ਬੈਠਾ ਇਧਰ ਆ ਓ ਮੈਂ ਕੀ ਕਿੰਨੀਆਂ ਭੈਣਾਂ ਤੇਰੀਆਂ ਮੈਂ ਬੜਾ ਵੱਡਾ ਰਾਈਟਰ ਚਲੇ ਮੇਰੇ ਡਾਇਰੈਕਟਰ ਨੇ ਉਹ ਡਾਇਰੈਕਟਰ ਸਾਹਿਬ ਆਣਗੇ ਜਦੋਂ ਸ਼ਿਕਾਇਤ ਦਾ ਮੌਕਾ ਨਾ ਮਿਲੇ ਬੇਫਿਕਰ ਰਹੋ ਤੁਸੀਂ